ਨਾਮ ਜਪਦਿਆਂ ਇੱਕ ਇਹੋ ਜੀ ਅਵਸਥਾ ਆਉਂਦੀ ਜਿਸ ਅਵਸਥਾ ਵਿੱਚ ਜੀਵ ਆਪਣੇ ਸਥੂਲ ਸਰੀਰ ਨੂੰ ਸੂਖਮ ਸਰੀਰ ਨਾਲੋਂ ਵੱਖ ਕਰ ਸਕਦਾ ਹੈ, ਜਿੱਥੇ ਚਾਹੇ ਅੱਖ ਮੀਚਣ ਤੇ ਖੋਲਣ ਦੇ ਸਮੇਂ ਵਿੱਚ ਪਹੁੰਚ ਸਕਦਾ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੀ ਵਾਲੀ ਮਹਾਂਪੁਰਖ ਇੱਕ ਦਿਨ ਆਪਣੇ ਰਿਹਾਇਸ਼ੀ ਕਮਰੇ ਵਿੱਚ ਸੋਦਰ ਦਾ ਪਾਠ ਕਰਕੇ ਸਿਮਰਨ ਕਰ ਰਹੇ ਸਨ। ਬਾਬਾ ਜੀ ਦਾ ਧਿਆਨ ਅਚਾਨਕ ਉਸ ਪ੍ਰੇਮੀ ਵੱਲ ਗਿਆ ਜੋ ਬਾਬਾ ਜੀ ਦੇ ਕਾਫੀ ਨੇੜੇ ਦਾ ਸੰਗੀ ਸੀ। ਧਿਆਨ ਵਿੱਚ ਬਾਬਾ ਜੀ ਨੇ ਵੇਖਿਆ ਉਹ ਪ੍ਰੇਮੀ ਆਪਣੇ ਆਚਰਣ ਤੋਂ ਡਿੱਗਣ ਵਾਸਤੇ ਘਰੋਂ ਤੁਰ ਪਿਆ ਹੈ। ਮਨ ਵਿੱਚ ਕਾਮ ਪੂਰਤੀ ਦਾ ਪੁਰਨਾ ਕਾਫੀ ਪ੍ਰਬਲ ਹੈ। ਬਾਬਾ ਜੀ ਨੇ ਸੋਚਿਆ ਕਿ ਜੇਕਰ ਹੁਣ ਨਾ ਕੋਈ ਯਤਨ ਕੀਤਾ ਤਾਂ ਸਤਿਗੁਰੂ ਜੀ ਮਹਾਰਾਜ ਦਾ ਵਾਕ ਹੈ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਸਾਡਾ ਵੀ ਫਰਜ ਬਣਦਾ ਹੈ ਉਸ ਨੂੰ ਬਚਾਈਏ। ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਸੂਖਮ ਸਰੀਰ ਨਾਲ ਬਾਬਾ ਜੀ ਦੇ ਉੱਥੇ ਲਾਹੌਰ ਸਰਗੋਧੇ ਪਹੁੰਚ ਗਏ, ਜਿੱਥੇ ਉਹ ਪ੍ਰੇਮੀ ਅੱਗੇ ਸੜਕ ਤੇ ਤੁਰਿਆ ਆ ਰਿਹਾ ਸੀ। ਬਾਬਾ ਜੀ ਅੱਗੋਂ ਹੋ ਕਰਕੇ ਉਸ ਨੂੰ ਮਿਲੇ। ਉਹ ਵਾਹਿਗੁਰੂ ਬੁਰੀ ਪ੍ਰੇਰਨਾ ਅਧੀਨ ਤੁਰਿਆ ਜਾ ਰਿਹਾ ਸੀ। ਬਾਬਾ ਜੀ ਨੇ ਪੁੱਛਿਆ, ਭਾਈ ਕਿੱਧਰ ਚੱਲੇ ਹੋ? ਅਸੀਂ ਤਾਂ ਤੁਹਾਨੂੰ ਮਿਲਣ ਵਾਸਤੇ ਆਏ ਹਾਂ। ਬਾਬਾ ਜੀ ਨੂੰ ਸਾਹਮਣੇ ਤੱਕ ਕੇ ਬਚਨ ਸੁਣ ਕੇ ਉਹ ਪ੍ਰੇਮੀ ਤਾਂ ਅੱਗੋਂ ਪਾਣੀਓ ਪਾਣੀ ਹੋ ਗਿਆ, ਭੈੜੇ ਫੁਰਨੇ ਉੱਪਰ ਪਾਣੀ ਫਿਰ ਗਿਆ। ਉਹ ਪ੍ਰੇਮੀ ਬਾਬਾ ਜੀ ਨਾਲ ਵਾਪਸ ਘਰ ਨੂੰ ਤੁਰ ਪਿਆ। ਜਦੋਂ ਘਰ ਦੇ ਨਜ਼ਦੀਕ ਪੁੱਜੇ ਤਾਂ ਉਹ ਪ੍ਰੇਮੀ ਅੱਗੇ ਪਿੱਛੇ ਤੱਕੇ, ਪਰ ਮਹਾਂਪੁਰਖ ਤਾਂ ਆਪਣਾ ਫਰਜ਼ ਨਿਭਾ ਕੇ ਵਾਪਸ ਆਪਣੇ ਸਰੀਰ ਵਿੱਚ ਸਰਗੋਧੇ ਪਹੁੰਚ ਚੁੱਕੇ ਸਨ। ਮਨ ਵਿੱਚੋਂ ਭੈੜਾ ਪੁਰਨਾ ਤਾਂ ਦਰਸ਼ਨਾਂ ਨਾਲ ਹੀ ਨਿਕਲ ਚੁੱਕਾ ਸੀ, ਹੁਣ ਤਾਂ ਪਛਤਾਵਾ ਹੀ ਮਨ ਨੂੰ ਲਾਂਤਾ ਪਾ ਰਿਹਾ ਸੀ। ਘਰ ਆਰਾਮ ਕੀਤਾ ਤੇ ਅਗਲੇ ਦਿਨ ਉਹ ਪ੍ਰੇਮੀ ਲਾਹੌਰ ਤੋਂ ਚੱਲ ਕੇ ਸਰਗੋਧੇ ਬਾਬਾ ਜੀ ਦੇ ਪਾਸ ਮਾਫ਼ੀ ਮੰਗਣ ਵਾਸਤੇ ਪੁੱਜਾ। ਬਾਬਾ ਜੀ ਨੇ ਗੁਰੂ ਸਿੱਖਿਆ ਨੂੰ ਹਿਰਦੇ ਵਿੱਚ ਦ੍ਰਿੜ ਕਰਨ ਲਈ ਪ੍ਰੇਰਨਾ ਦਿੱਤੀ ਤੇ ਕਿਹਾ, ਅਗਾਂਹ ਤੋਂ ਕੋਈ ਭੈੜਾ ਸੰਕਲਪ ਬਣੇ ਤਾਂ ਸਤਿਗੁਰੂ ਜੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ, ਅੰਤਰਜਾਮੀ ਜਾਣ ਕੇ ਸਤਿਗੁਰੂ ਜੀ ਮਹਾਰਾਜ ਅੱਗੇ ਅਰਦਾਸ ਕਰਨੀ। ਜੋ ਆਪਾਂ ਮਾੜੇ ਜਾਂ ਚੰਗੇ ਕਰਮ ਕਰਦੇ ਹਾਂ, ਸਾਡੇ ਸਾਰੇ ਹੀ ਕੀਤੇ ਕਰਮਾਂ ਨੂੰ ਸਤਿਗੁਰੂ ਜੀ ਮਹਾਰਾਜ ਪ੍ਰਤੱਖ ਵੇਖਦੇ ਹਨ। ਅੰਦਰ ਕਮਾਣਾ ਸਰ ਪਰ ਉਗੜ ਹੈ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਮਨੁੱਖ ਮਾੜਾ ਕਰਮ ਉਸ ਵੇਲੇ ਕਰਦਾ ਹੈ ਜਦੋਂ ਇਹ ਜਾਣੇ ਕਿ ਉਸਨੂੰ ਕੋਈ ਵੇਖਦਾ ਨਹੀਂ, ਪਰ ਜੇ ਸਤਿਗੁਰੂ ਜੀ ਮਹਾਰਾਜ ਦਾ ਬਚਨ ਯਾਦ ਕਰ ਲਵੇ ਤਦ ਮਾੜੇ ਕਰਮਾਂ ਤੋਂ ਇਹ ਜੀਵ ਬਚ ਸਕਦਾ ਹੈ। ਲੋਕ ਕਮਾਵੇ ਕਿਸਤੇ ਜਾ ਵੇਖੇ ਸਦਾ ਹਦੂਰ, ਥਾਨ ਥਨੰਤ ਰਵ ਰਿਹਾ ਪ੍ਰਭ ਮੇਰਾ ਭਾਰ ਪੂਰ। ਮਾੜੇ ਕਰਮ ਮਨੁੱਖ ਨੂੰ ਜਨਮਾਂ ਦੇ ਗੇੜੇ ਵਿੱਚ ਪਾ ਦਿੰਦੇ ਹਨ। ਜੀਵ ਗੁਰੂ ਦਰ ਤੇ ਅਰਦਾਸ ਕਰਦਾ ਰਹੇ, ਸਤਿਗੁਰੂ ਜੀ ਮਹਾਰਾਜ ਰਹਿਮਤ ਕਰ ਦਿੰਦੇ ਹਨ। ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਜੀਵ ਮਾੜੇ ਕਰਮ ਤੋਂ ਬਚ ਜਾਣਾ ਕਰਦਾ ਹੈ।